ਜੀ ਕੱਪੜਿਆਂ ਦੇ ਫੈਸ਼ਨ ਦੇ ਨਾਲ ਨਾਲ ਜਵੈਲਰੀ ਦਾ ਫੈਸ਼ਨ ਹੈ ਉਹ ਵੀ ਚੇਂਜ ਹੁੰਦਾ ਰਹਿੰਦਾ ਹੈ ਅਤੇ ਅਸੀਂ ਹਮੇਸ਼ਾ ਹੀ ਇਹ ਚੀਜ਼ ਨੂੰ ਖਿਆਲ 'ਚ ਰੱਖਦੇ ਹਾਂ ਕਿ ਸ਼ੁੱਧਤਾ ਅਤੇ ਕੁਆਲਿਟੀ ਵਾਲੀ ਜਵੈਲਰੀ ਹੀ ਖਰੀਦੀ ਜਾਵੇ ਅਤੇ ਜਦੋਂ ਜਗਰਾਓਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਤੋਂ ਪਤਾ ਲੱਗਿਆ ਹੈ ਜੀ ਬਾਬੂ ਰਾਮ ਜਗਨਨਾਥ ਲੱਖੇਵਾਲ ਜਵੈਲਰਸ ਜਿਹੜੇ ਨੇ ਉਹਨਾਂ ਦਾ ਨਾਮ ਜਿਹੜਾ ਸ਼ਿਖਰ 'ਤੇ ਆ ਰਿਹਾ ਜਗਰਾਓਂ ਦੇ ਵਿੱਚ ਅਤੇ ਇਸ ਲਈ ਮੈਂ ਖੜੀ ਹਾਂ ਜੀ ਝਾਂਸੀ ਰੋਡ ਜਗਰਾਓਂ ਦੇ ਵਿੱਚ ਅਤੇ ਚੱਲਦੇ ਹਾਂ ਅੰਦਰ ਔਰ ਦੇਖਦੇ ਹਾਂ ਕਿ ਸਾਨੂੰ ਇੱਥੇ ਕਿੱਦਾਂ ਦੀ ਜਵੈਲਰੀ ਔਰ ਕਿਹੜੀ ਕੁਆਲਿਟੀ ਦੀ ਜਵੈਲਰੀ ਦੇਖਣ ਨੂੰ ਮਿਲਦੀ ਹੈ ਬਾਬੂ ਰਾਮ ਜਗਨਨਾਥ ਦੇ ਜਿਹੜਾ ਫੇਮਸ ਹੋਣ ਦਾ ਰੀਜ਼ਨ ਜਗਰਾਓਂ ਦੇ ਵਿੱਚ ਉਹ ਇਹ ਵੀ ਹੈ ਕਿ ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦੀ ਔਰ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਡਿਜ਼ਾਇਨਸ ਨੇ ਕਲੈਕਸ਼ਨਸ ਨੇ ਉਹ ਅਵੇਲੇਬਲ ਨੇ ਇਹਨਾਂ ਦੇ ਵਿੱਚੋਂ ਜਿੱਦਾਂ ਕਿ ਸ਼ੋਕਰ ਮੋਤੀਆਂ ਦਾ ਹਾਰ ਕੁੰਦਨ ਦਾ ਹਾਰ ਜਿਹੜਾ ਕਿ ਤੁਸੀਂ ਸੋਚਦੇ ਹੋ ਕਿ ਅਸੀਂ ਆਪਣੇ ਖਾਸ ਓਕੇਜ਼ਨ 'ਤੇ ਪਹਿਨਣਾ ਹੈ ਉਹ ਤੁਹਾਨੂੰ ਇੱਥੇ ਅਵੇਲੇਬਲ ਮਿਲਣਗੇ ਔਰ ਬੜੇ ਹੀ ਡਿਫਰੈਂਟ ਜਿਹੇ ਡਿਜ਼ਾਇਨ ਦੇ ਵਿੱਚ ਔਰ ਅਲੱਗ ਅਲੱਗ ਫੈਸ਼ਨਸ ਦੇ ਅਕੋਰਡਿੰਗ ਜੀ ਕਈ ਵਾਰ ਕੀ ਹੁੰਦਾ ਕਿ ਰੂਟੀਨ ਦੇ ਵਿੱਚ ਸਾਨੂੰ ਬਹੁਤ ਸਾਰੇ ਫੰਕਸ਼ਨਸ ਆਉਂਦੇ ਰਹਿੰਦੇ ਨੇ ਔਰ ਅੱਜ ਕੱਲ੍ਹ ਤਾਂ ਫੈਸ਼ਨ ਚੱਲ ਗਿਆ ਜੀ ਫੰਕਸ਼ਨਸ ਦਾ ਔਰ ਅਗਰ ਤੁਸੀਂ ਪਾਉਣਾ ਚਾਹੁੰਦੇ ਹੋ ਜਵੈਲਰੀ ਔਰ ਹੈਵੀ ਨਹੀਂ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਥੇ ਲਾਈਟ ਵੇਟ ਜਵੈਲਰੀ ਹੈ ਉਹ ਵੀ ਜ਼ਰੂਰ ਮਿਲੇਗੀ ਔਰ ਤੁਸੀਂ ਇੱਥੇ ਨਜ਼ਰ ਮਾਰ ਸਕਦੇ ਹੋ ਇਹ ਹੈ ਜੀ 32 ਸੈੱਟ ਜਿਹੜਾ ਕਿ ਬਹੁਤ ਹੀ ਲਾਈਟ ਵੇਟ ਹੈ ਔਰ ਤੁਸੀਂ ਕਿਸੇ ਵੀ ਡਰੈਸ ਦੇ ਨਾਲ ਇਸ ਨੂੰ ਕੈਰੀ ਕਰ ਸਕਦੇ ਹੋ ਜੀ ਕੁੰਦਨ ਦੇ ਸੈੱਟ ਦੀ ਗੱਲ ਕਰਾਂ ਤਾਂ ਬਹੁਤ ਪੁਰਾਣੇ ਸਮੇਂ ਤੋਂ ਤੁਸੀਂ ਇਹਦਾ ਨਾਮ ਵੀ ਸੁਣਿਆ ਹੈ ਔਰ ਸੱਭਿਆਚਾਰ ਦੇ ਵਿੱਚ ਇੱਕ ਖਾਸ ਜਿਹੜਾ ਆ ਰੋਲ ਪਲੇ ਕਰਦਾ ਔਰ ਇੱਕ ਖਾਸ ਗੱਲ ਜਿਹੜੀ ਇਹਨਾਂ ਦੀ ਇਹ ਹੈ ਕਿ ਅਗਰ ਤੁਸੀਂ ਇਹਨੂੰ ਖਰੀਦਦੇ ਹੋ ਔਰ ਇਹਦੇ ਵਿੱਚੋਂ ਕੁੰਦਨ ਦਾ ਜਿਹੜਾ ਆ ਅਲੱਗ ਕੱਟ ਕੇ ਤੁਹਾਨੂੰ ਸੋਨੇ ਦਾ ਜਿਹੜਾ ਭਾਅ ਹੈਗਾ ਆ ਉਹਦਾ ਪ੍ਰਾਈਜ਼ ਜਿਹੜਾ ਆ ਉਹ ਲੈਸ ਕਰਕੇ ਦੱਸਿਆ ਜਾਂਦਾ ਆ ਖਾਸ ਓਕੇਜ਼ਨ ਤੇ ਤੁਹਾਨੂੰ ਚਾਹੀਦਾ ਹੁੰਦਾ ਹੈ ਕਿ ਤੁਸੀਂ ਬਿਊਟੀਫੁਲ ਜਿਹਾ ਹਾਰ ਪਾਓ ਔਰ ਰਾਣੀ ਹਾਰ ਤਾਂ ਸਭ ਤੋਂ ਜ਼ਿਆਦਾ ਫੇਮਸ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਸਾਹਮਣੇ ਹੁਣ ਇਸ ਵੇਲੇ ਰਾਣੀ ਹਾਰ ਦੀ ਕਲੈਕਸ਼ਨ ਲੱਗੀ ਹੈ ਔਰ ਡਿਫਰੈਂਟ ਡਿਫਰੈਂਟ ਜਿਹੜੀ ਡਿਜ਼ਾਇਨਸ ਦੇ ਵਿੱਚ ਤੁਹਾਨੂੰ ਕਲੈਕਸ਼ਨ ਨਜ਼ਰ ਆਏਗੀ ਔਰ ਖਾਸ ਓਕੇਜ਼ਨ ਦੇ ਉੱਤੇ ਤੁਹਾਡੀ ਇੱਕ ਰੋਇਲ ਜੀ ਲੁੱਕ ਵਾਸਤੇ ਰਾਣੀ ਹਾਰ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਸਾਹਮਣੇ ਬਹੁਤ ਹੀ ਖੂਬਸੂਰਤ ਜਿਹੀਆਂ ਬੈਂਗਲਸ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਤੁਹਾਡੇ ਹੱਥਾਂ ਦੀ ਰੌਣਕ ਨੂੰ ਹੋਰ ਵੀ ਵਧਾਉਂਦੀਆਂ ਨੇ ਅਗਰ ਤੁਸੀਂ ਹਾਰ ਸੋਨੇ ਦਾ ਪਾਇਆ ਤਾਂ ਬੈਂਗਲਸ ਵੀ ਤਾਂ ਸੋਨੇ ਦੀਆਂ ਹੋਣੀਆਂ ਚਾਹੀਦੀਆਂ ਨੇ ਨਾ ਤਾਂ ਤੁਸੀਂ ਦੇਖ ਸਕਦੇ ਹੋ ਜੀ ਤੁਹਾਨੂੰ ਅਲੱਗ ਅਲੱਗ ਡਿਜ਼ਾਈਨਸ ਦੇ ਵਿੱਚ ਤੁਹਾਡੇ ਹੱਥ ਦੇ ਅਕੋਰਡਿੰਗ ਸਾਈਜ਼ ਦੇ ਵਿੱਚ ਤੁਹਾਨੂੰ ਇੱਥੇ ਬੈਂਗਲਸ ਵੀ ਮਿਲਣਗੀਆਂ ਪੈਰਾਂ ਦੇ ਲਈ ਝਾਂਜਰਾਂ ਵੀ ਮਿਲਣਗੀਆਂ ਔਰ ਰਿੰਗਸ ਜਿਹੜੀਆਂ ਨੇ ਉਹ ਵੀ ਇੱਥੇ ਅਵੇਲੇਬਲ ਮਿਲਣਗੀਆਂ ਜੀ ਗੋਲਡ ਦੇ ਨਾਲ ਨਾਲ ਅੱਜ ਕੱਲ੍ਹ ਡਾਇਮੰਡ ਨੇ ਵੀ ਆਪਣੀ ਇੱਕ ਖਾਸ ਜਗ੍ਹਾ ਬਣਾ ਲਈ ਹੈ ਔਰ ਅਗਰ ਤੁਸੀਂ ਆਪਣੇ ਲਈ ਖਰੀਦਣਾ ਚਾਹੁੰਦੇ ਹੋ ਜਾਂ ਆਪਣੇ ਚਹੇਤਿਆਂ ਲਈ ਖਰੀਦਣਾ ਚਾਹੁੰਦੇ ਹੋ ਕਿਉਂਕਿ ਮੋਸਟਲੀ ਅੱਜ ਕੱਲ੍ਹ ਜਿਹੜੇ ਗਿਫਟ ਦਾ ਰਿਵਾਜ਼ ਤੁਹਾਨੂੰ ਪਤਾ ਚੱਲ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਸਾਹਮਣੇ ਗੋਲਡ ਦੇ ਨਾਲ ਨਾਲ ਡਾਇਮੰਡ ਦੀ ਜਿਹੜੀ ਜਵੈਲਰੀ ਹੈ ਰਿੰਗਸ ਨੇ ਉਹ ਤੁਹਾਨੂੰ ਦਿਖਾਈ ਦੇਣਗੀਆਂ ਔਰ ਬੜੇ ਹੀ ਕਲਰਫੁੱਲ ਜਿਹੀਆਂ ਔਰ ਅਲੱਗ ਜਿਹੇ ਡਿਜ਼ਾਈਨਸ ਦੇ ਵਿੱਚ ਤੁਹਾਨੂੰ ਇੱਥੇ ਮਿਲਣਗੀਆਂ ਔਰ ਅਗਰ ਗੱਲ ਕਰੀਏ ਆਪਾਂ ਸ਼ੁੱਧਤਾ ਦੀ ਕੁਆਲਿਟੀ ਦੀ ਤਾਂ ਤੁਹਾਨੂੰ ਇੱਥੇ 100% ਗਾਰੰਟੀ ਦੇ ਨਾਲ ਹੋਲਮਾਰਕ ਦੀ ਗਾਰੰਟੀ ਦੇ ਨਾਲ ਜਵੈਲਰੀ ਜਿਹੜੀ ਹੈ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਸਾਡਾ ਪਰਿਵਾਰ ਕੁਛ ਬਾਹਰ ਆ ਬਾਹਰ ਉਹਨਾਂ ਨੇ ਇਹਨਾਂ ਚੀਜ਼ ਬਣੀ ਹੋਈ ਜਵੈਲਰੀ ਵਧੀਆ ਪਸੰਦ ਕਰੀ ਆ ਅਤੇ ਉਹਦੇ ਵਿੱਚ ਕੋਈ ਬਦਲ ਵੀ ਨਹੀਂ ਆਇਆ ਹੈਗਾ ਜਿਸ ਤਰ੍ਹਾਂ ਨਵਾਂ ਸੀਗਾ ਉਸੇ ਤਰ੍ਹਾਂ ਜਿੰਨੇ ਕਰੇਟ ਦਾ ਇਹਨਾਂ ਨੇ ਕਿਹਾ ਉਨੇ ਕਰੇਟ ਦਾ ਸਾਨੂੰ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆਈ